ਸ੍ਰੀਕਾਲ, ਮੈਂ ਗੁਰਚਰਨ ਸਿੰਘ ਢਿੱਲੋਂ। ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਖਿੜਕੀਆਂ ਵਿੱਚੋਂ ਦੋ ਉਲੂਆਂ ਦੀ ਭਾਸ਼ਾ ਪੜ੍ਹਾਂਗੇ। ਮਹਿਮੂਦ ਗਜਨਵੀ ਨੇ ਇੱਕ ਵਿਅਕਤੀ ਇਸ ਆਧਾਰ 'ਤੇ ਨੌਕਰ ਰੱਖ ਲਿਆ ਕਿ ਉਹ ਪੰਛੀਆਂ ਦੀ ਭਾਸ਼ਾ ਜਾਣਦਾ ਸੀ। ਇੱਕ ਦਿਨ ਗਜਨਵੀ ਨੇ ਸ਼ਿਕਾਰ 'ਤੇ ਜਾਣਾ ਸੀ, ਉਹ ਨੌਕਰ ਨੂੰ ਵੀ ਨਾਲ ਲੈ ਗਿਆ। ਅੱਗੇ ਦੋ ਉੱਲੂ ਗੱਲਾਂ ਕਰ ਰਹੇ ਸਨ। ਆਲੇ ਦੁਆਲੇ ਸਭ ਪਾਸੇ ਉਜਾੜ ਹੀ ਉਜਾੜ ਸੀ। ਉੱਲੂਆਂ ਦੀਆਂ ਆਵਾਜ਼ਾਂ ਸੁਣ ਕੇ ਗਜਨਵੀ ਨੇ ਨੌਕਰ ਨੂੰ ਕਿਹਾ, ਦੱਸ ਇਹ ਕੀ ਕਹਿ ਰਹੇ ਹਨ? ਨੌਕਰ ਨੇ ਕਿਹਾ, ਇੱਕ ਉੱਲੂ ਨੇ ਆਪਣੀ ਧੀ ਦੂਜੇ ਉੱਲੂ ਦੇ ਪੁੱਤਰ ਨਾਲ ਵਿਆਹਣੀ ਹੈ। ਲੜਕਾ ਦਾਜ ਵਿੱਚ ਵੀ ਉਜੜੇ ਪਿੰਡ ਮੰਗ ਰਿਹਾ ਹੈ ਅਤੇ ਦੁਲਣ ਦਾ ਬਾਪ ਕਹਿ ਰਿਹਾ ਹੈ, ਜੇ ਗਜਨਵੀ ਨੇ ਇਵੇਂ ਹੀ ਤਬਾਹੀ ਜਾਰੀ ਰੱਖੀ ਤਾਂ ਵੀ ਤਾਂ ਕਿ ਮੈਂ 200 ਪਿੰਡ ਦੇ ਦੇਵਾਂਗਾ। ਧੰਨਵਾਦ।